ਜਿਹੜਾ ਵਾਅਦਾ ਕਰਕੇ ਆਏ ਸੀ ਤੇ ਜੋ 10 ਸਾਲ ਚ ਹੋਇਆ ਉਹ ਕੇ ਨਹੀਂ ਹੋਊਗਾ ਮੈਨੂੰ ਨਹੀਂ ਸਮਝ ਆਈ ਉਹ 10 ਸਾਲ ਦਾ ਜਿਹੜਾ ਕਾਰਨਾਮਾ ਅਸੀਂ ਪੁੱਟਿਆ ਲੇਕਿਨ 6 ਮਹੀਨੇ ਚ ਸਾਡੇ ਸਾਹਮਣੇ ਆ ਗਿਆ ਉਹਨੇ ਕਿਉਂ ਨਹੀਂ ਬਈ ਬਣਾਇਆ ਜਿਹਨੇ ਕਰਨ ਲਈ 10 ਸਾਲ ਕੰਮ ਕਰਦਾ ਹੈ ਸਮਾਰਟ ਸਮਰ ਆਪਣਾ ਸਵਾਰ ਜਨਰਲ ਕਿਉਂ ਬੜਾ ਜਾਂਦੇ ਸਵਾਰ ਜੀ ਨਾਲ ਜਾਂਦੇ ਆ ਉਹਦੇ ਵਾਸਤੇ ਕਰਦੇ ਹੈ ਇੱਕ ਜਿਹੜਾ ਮਜ਼ਦੂਰ ਕੰਮ ਕਰਦਾ ਹੈ ਉਹ ਇਤਿਹਾਸ ਦੇ ਵਾਸਤੇ ਜਾਂ ਤੇ ਬਹੁਤ ਕੁਝ ਨਹੀਂ ਹੈ ਦੇਖੇ ਕੀ ਹਾਲ ਹੋਊਗਾ ਸਾਥੀਓ ਮੈਂ ਤਾਂ ਇੱਕ ਗੱਲ ਤੁਹਾਨੂੰ ਕਹੂੰਗਾ ਸਬਮਿਟ ਹੋ ਜਾਓ ਆਪਣੇ ਆਪ ਨੂੰ ਇਕਤਾ ਕਰ ਲਓ ਜੋ ਹੋਇਆ 10 ਸਾਲਾਂ 'ਚ ਇਹ 6 ਮਹੀਨੇ ਦੇ ਸਾਫ ਕਰਨਾ ਹੈ ਕਿਉਂਕਿ ਸਰਕਾਰ ਨਵੀਂ ਬਣੀ ਹੈ ਸਰਕਾਰ ਦਾ ਜਿਹੜਾ 65 ਰੁਪਇਆ ਨਾ ਕਰਾਂਗੇ ਜੋ 10 ਸਾਲ ਸਾਡੇ ਦੇ ਕਿਤਾ ਇਹ 6 ਇਹ 5 ਸਾਲਾਂ 'ਚ ਸਾਡੇ ਦਾ ਹੋਰ ਕਰੂਗੀ ਸਬਮਿਟ ਹੋ ਜਾਓ ਤਰਖਾਵਾਂ ਦੀ ਆਪਣੇ ਹੱਕਾਂ ਦੀ ਸਾਨੂੰ ਕੁਝ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿ ਸਾਡਾ ਮਲਾਜਾ ਪੱਖ ਕਮਜ਼ੋਰ ਚੁੱਕਾ ਹੈ ਰਾਜਨੀਤਿਕ ਜਿਹੜੀ ਹੈ ਸਾਡੇ ਦੇ ਖਾਤੇ ਹੋ ਚੁੱਕੀ ਹੈ ਨਹੀਂ ਤਾਂ ਜਦ ਤੱਕ ਮਿਸ਼ਨ 17 ਤਰੀਕ ਤੋਂ ਲੈ ਕੇ ਹੱਦ ਤੱਕ ਤਰਖਾ ਪੈ ਸਕਦੀ ਸੀ ਜਦ 25 ਕਰੋੜ ਰੁਪਇਆ ਇੱਥੇ ਦੇ ਠੇਕੇਦਾਰ ਖੇਚੀ ਦੀ ਪ੍ਰਾਣੀ ਕੀਤੀ ਇਸ ਮੁਲਾਜ਼ਮਾਂ ਦਾ ਕਾਲਾ ਦੁਸਹਿਰਾ ਮਨਾਇਆ ਗਿਆ ਕਿਉਂ ਮਨਾਇਆ ਗਿਆ ਕਿ ਜਿਹਦੇ ਜੇ ਪੈਸੇ ਨਹੀਂ ਹੋਣੇ ਉਹ ਦੁਸਹਿਰਾ ਕਾਲਾ ਮਨਾਇਆ मेरे मुलाजिम साथियों